ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਕੀਤਾ ਤੇ ਹੁਣ ਪਤਾ ਲੱਗਦਾ ਵੀ ਉਹਦੇ ਕੋਲ ਕੁਛ ਵੀ ਨਹੀਂ ਨਿਕਲਿਆ ਨਾ ਉਹਦੇ ਸਿਰ ਤੇ ਕੇਸ ਆ ਨਾ ਕੁਛ। ਫਿਰ ਜਵਾਈ ਨੂੰ ਪੁੱਛ ਤਾਂ ਲੈਂਦਾ ਵੀ ਤੈਨੂੰ ਮਾਰਨਾ ਤੇਰੇ ਸਿਰ ਹੈਗਾ ਕੁਛ ਨਹੀਂ ਹੈਗਾ। ਮੰਗ ਕੇ ਸਿਆ ਨਹੀਂ ਗਾ ਉਹਦੇ ਕੋਈ ਮੰਗ ਕੁਛ ਨਹੀਂ ਦੱਸਿਆ ਨਿਕਲਿਆ ਵੀ ਨਹੀਂ ਕੁਛ ਤਾਂ ਹੈ ਨਹੀਂ ਉਹਦੇ ਕੋਲ ਮੰਗ ਸਾਡੀ ਸਾਨੂੰ ਇਨਸਾਫ ਚਾਹੀਦਾ। ਜ਼ੀਰਾ ਵਿੱਚ ਐਸਟੀਐਫ ਵੱਲੋਂ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਢੇਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਇੱਕ ਨਸ਼ਾ ਤਸਕਰ ਜਿਸ ਦਾ ਨਾਮ ਸੁਖਵਿੰਦਰ ਗੋਰਾ ਹੈ ਤੇ ਉਸਦੇ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕਰਦਾ ਸੀ ਨਾ ਹੀ ਨਸ਼ੇ ਦੀ ਸਪਲਾਈ ਕਰਦਾ ਸੀ। ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਉਸ ਤੇ ਕਿਸੇ ਵੀ ਕਿਸਮ ਦਾ ਕੇਸ ਵੀ ਦਰਜ ਨਹੀਂ ਸੀ, ਉਹ ਤਾਂ ਸਿਰਫ ਗੱਡੀ ਲੈਣ ਗਿਆ ਸੀ ਤੇ ਉਸਨੇ ਆਪਣੀ ਵੋਟੀ ਨੂੰ ਹਸਪਤਾਲ ਲਿਜਾਣਾ ਸੀ ਤੇ ਉਸਨੂੰ ਇੱਕ ਅਨਮੋਲ ਨਾਮ ਦਾ ਸ਼ਖਸ ਸੀ ਜਿਹੜਾ ਆਪਣੇ ਨਾਲ ਲੈ ਕੇ ਗਿਆ ਸੀ। ਇਸ ਸੰਬੰਧੀ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਤਾਂ ਦੱਸ ਦਈਏ ਕਿ ਬੀਤੀ ਕੱਲ ਐਸਟੀਐਫ ਦੀ ਟੀਮ ਵੱਲੋਂ ਇਹਨਾਂ ਦੋਨਾਂ ਨਸ਼ਾ ਤਸਕਰਾਂ ਦਾ ਇਨਕਾਊਂਟਰ ਕੀਤਾ ਗਿਆ ਸੀ। ਪੁਲਿਸ ਵੱਲੋਂ ਇਹਨਾਂ ਨੂੰ ਰੁਕਣ ਲਈ ਕਿਹਾ ਗਿਆ ਪਰ ਇਹਨਾਂ ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਨੋਂ ਨਸ਼ਾ ਤਸਕਰ ਢੇਰ ਹੋ ਗਏ ਸੀ। ਦੱਸ ਦਈਏ ਕਿ ਸੁਖਵਿੰਦਰ ਗੋਰਾ ਦੇ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਨਾ ਹੀ ਉਹ ਕਿਸੇ ਕਿਸਮ ਦਾ ਗੈਂਗਸਟਰ ਹੈ ਤੇ ਨਾ ਹੀ ਨਸ਼ਾ ਤਸਕਰ ਹੈ, ਉਹ ਤਾਂ ਸਿਰਫ ਗੱਡੀ ਲੈਣ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਉਸਦਾ ਐਨਕਾਊਂਟਰ ਕਰ ਦਿੱਤਾ ਗਿਆ। ਕਦੋਂ ਗਿਆ ਸੀ ਘਰੋਂ? ਘਰੋਂ 3:30 ਵਜੇ ਗਿਆ। ਬਠਿੰਡੇ ਦੀ ਪੁਲਿਸ ਪਈ, ਬਠਿੰਡੇ ਦੇ ਨੇ ਮਾਰਿਆ ਸਾਨੂੰ ਇਹਨੇ ਕਦੀ ਕਹਿੰਦੇ ਕੋਚ ਇਹਦੇ ਕੋਲ ਸਾਡੇ ਘਰੋਂ ਕੋਕ ਖਾਲੀ ਹੱਥੀ ਗਿਆ ਤੇ ਆ ਕਹਿੰਦੇ ਗੈਂਗਸਟਰ ਗੈਂਗਸਟਰਾਂ ਦੇ ਘਰ ਜਾਂਦੇ, ਜੇ ਗੈਂਗਸਟਰ ਹੁੰਦੇ ਤਾਂ ਅਸੀਂ ਫਿਰ ਇਹ ਜਿਹੇ ਘਰ ਪਾਉਣੇ ਸੀਗੇ। ਜਨਾਨੀ ਉਹਦੀ ਪੈਰਾਂ ਤੇ ਬੈਠੀ, ਅਸੀਂ ਤਾਂ ਉਹਦੇ ਬਾਰੇ ਸੋਚਣ ਡਏ ਸੀਗੇ ਤਾਂ ਉਹਨੂੰ ਲੈ ਕੇ ਜਾਣਾ ਹੈ ਤੇ ਹੁਣ ਉਹਨਾਂ ਨੇ ਕਹਿਤਾ ਵੀ ਆਹ ਕੁਛ ਇਹਦੇ ਕੋਲ ਆਹ ਕੁਛ, ਜੇ ਸਾਡੇ ਕੋਲ ਉਹਦੇ ਕੋਲ ਕੁਛ ਹੈਗਾ ਨਾ ਸਾਨੂੰ ਉਹਦੇ ਕੋਲ ਬੈਠਿਆਂ ਵਿਖਾ ਦੇਣ ਵੀ ਆਹ ਇਹਦੇ ਕੋਲੋਂ ਨਿਕਲਿਆ। ਕੀ ਕੰਮ ਕੀ ਕਰਦੇ ਗੁਰੂ? ਕੰਮ ਮਿਹਨਤ ਮਨਜ਼ੂਰੀ ਆ ਦਿਹਾੜੀ ਤਾਂ ਭਾਈ, ਹੋਰ ਉਹਨੇ ਕੀ ਕਰਨਾ? ਤੇ ਗੱਡੀ ਕਿੱਥੋਂ ਲੈਣ ਜਾਣੀ? ਕਾਹਦੀ ਲੈਣੀ? ਉਹ ਬੋਲੇ ਦੀ ਗੱਡੀ ਸੀ, ਵੋਟੀ ਲੈ ਕੇ ਜਾਣੀ ਸੀ ਉਹਨੇ ਉਹਦੇ ਬੱਚਾ ਆਣ ਵਾਲਿਆ ਘਰੇ। ਗੱਡੀ ਲੈਣ ਗਿਆ ਸੀ ਇਹ, ਤੁਹਾਨੂੰ ਪੁਲਿਸ ਵਾਲਿਆਂ ਨੇ ਕੋਲੋਂ ਪਾਇਆ, ਜੋ ਕੀਤੀ ਜਾਂਦੇ ਜਵਾਈ ਨੂੰ ਜੋ ਮਰਜ਼ੀ ਬਣਾ ਦੇਣ। ਕਿੰਨਾ ਦੇ ਨਾਲ ਗਿਆ ਸੀ? ਇਹ ਮੋਲੇ ਦੇ ਨਾਲ ਗਿਆ ਸੀ, ਮੋਲੇ ਨੇ ਫੋਨ ਕੀਤਾ ਸਾਨੂੰ, ਮੋਲਾ ਵੀ ਮੰਦਰਾਂ ਦਾ ਹੀ, ਇਹਨਾਂ ਨੀ ਪਤਾ ਮੋਲੇ ਦੇ ਅੱਗੋਂ ਕਿਹੜਾ ਹੈ ਕਿਹੜਾ ਨਹੀਂ ਨਾਲ ਉਹਦੇ ਨਾਲ, ਸਾਨੂੰ ਇੰਨਾ ਪਤਾ ਮੈਨੂੰ ਆਉਂਦਾ ਮੈਂ ਤੁਰਿਆ ਆਉਣਾ, ਮੈਨੂੰ ਕਹਿੰਦਾ ਮੇਰੇ ਕੋਲ ਕੋਲੇ ਫੋਨ ਹੋਇਆ ਤੇ ਕਹਿੰਦਾ ਕੀ ਆਉਂਦਾ ਮੈਨੂੰ ਆਉਂਦਾ ਗੱਡੀ ਲੈਣ ਗਿਆ ਮੈਂ, ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਕੀਤਾ ਤੇ ਹੁਣ ਪਤਾ ਲੱਗਦਾ ਵੀ ਉਹਦੇ ਕੋਲ ਕੁਛ ਵੀ ਨਹੀਂ ਨਿਕਲਿਆ ਨਾ ਉਹਦੇ ਸਿਰ ਤੇ ਕੇਸ ਆ ਨਾ ਕੁਛ। ਫਿਰ ਜਵਾਈ ਨੂੰ ਪੁੱਛ ਤਾਂ ਲੈਂਦਾ ਵੀ ਤੈਨੂੰ ਮਾਰਨਾ ਤੇਰੇ ਸਿਰ ਹੈਗਾ ਕੁਛ ਕਿ ਨਹੀਂ ਹੈਗਾ। ਮੰਗ ਕੁਛ ਨੀ ਦੱਸਿਆ, ਨਿਕਲਿਆ ਵੀ ਨੀ ਕੁਛ ਤਾਂ ਹੈ ਵੀ ਨਹੀਂ ਉਹਦੇ ਕੋਲ, ਮੰਗ ਸਾਡੀ ਸਾਨੂੰ ਇਨਸਾਫ ਚਾਹੀਦਾ। ਕੇਸ ਕੋਈ ਨਹੀਂ ਪਹਿਲਾਂ? ਨਾ ਕੁਛ ਨੀ ਹੈਗਾ, ਹੁਣ ਮੋਗੇ ਦੀ ਇਨਕੁਆਇਰੀ ਕੀਤੀ ਅਸੀਂ ਜੀਰੇ ਤੋਂ ਆਏ ਹੁਣੇ ਮੋਗੇ ਦੀ ਇਨਕੁਆਇਰੀ ਕਰਕੇ ਗਈ ਪੁਲਿਸ ਵਾਲੇ ਦੇ ਕਹਿੰਦੇ ਤੇ ਨਾ ਕੇਸ ਤੇ ਨਾ ਕੁਛ ਇਹਦੇ ਕੋਲੋਂ ਨਿਕਲਿਆ, ਇਹ ਮੁੰਡੇ ਕੋਲੋਂ ਕੁਛ ਵੀ ਨਹੀਂ ਨਿਕਲਿਆ ਨਾ ਇਹਦੇ ਕੋਲ ਹੈਗਾ ਹੀ ਹੈ ਕੁਛ, ਇਹ ਤਾਂ ਸਿਰਫ ਉਹ ਜਿਵੇਂ ਉਹਦੇ ਨਾਲ ਗਿਆ ਸੀ ਉਹ ਗੱਡੀ ਮਾਰਾ ਗਿਆ ਤਾਂ ਡਰਦਾ ਹੀ ਜਿਵੇਂ ਕਾਬੂ ਆ ਗਿਆ ਨਾ ਤਾਂ ਉਹ ਬੋਲਣ ਦਿੱਤਾ, ਜੇ ਫਿਰ ਉਹਨੂੰ ਪੁੱਛ ਲੈਂਦੇ ਨਾ ਵੀ ਤੂੰ ਭੱਜਦਾ ਕਿਹੜੀ ਗੱਲੋਂ ਭੱਜਦਾ, ਭੱਜਦੇ ਨੂੰ ਪੁੱਛ ਕੇ ਫਿਰ ਮਾਰ ਦੇ ਗੋਲੀ, ਫਿਰ ਸਵਾਦ ਸੀ ਪਹਿਲਾਂ ਵੀ ਜਾਂਦਾ ਰਿਹਾ ਉਹਨਾਂ ਨਾਲ, ਪਹਿਲਾਂ ਇਹਦਾ ਆਪਸੀ ਮੈਂ ਵਧੀਆ ਆਉਂਦੇ ਜਾਂਦੇ ਰਹੇ ਆ, ਦੂਰ ਤੱਕ ਨਹੀਂ ਜਾਂਦੇ, ਘਰ ਘੁਰ ਜਾਂਦੇ, ਉਹਦਾ ਚਾਚਾ ਮਰਿਆ ਸੀ ਉਦੋਂ ਉੱਧਰ ਰਿਹਾ, ਉਹਦੇ ਚਾਚੇ ਦਾ ਉਹਦੀ ਭੈਣ ਦਾ ਵਿਆਹ ਕੀਤਾ, ਸਾਰਾ ਘਰ ਬਾਰ ਉਹਨਾਂ ਨਾਲ ਸੰਭਾਲਿਆ, ਮਤਲਬ ਵਧੀਆ, ਪਰ ਇਹੋ ਜਿਹੀ ਨਹੀਂ ਸੀ ਗੱਲ ਹੈਗੀ ਜਿਹੜੀ ਆ ਪਹਿਲੀ ਵਾਰੀ ਇਹਨਾਂ ਘਰ ਵਿਖਾਈ। ਸਲਮਾ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ? ਸੁਖਵੀਰ ਸਿੰਘ। ਸੁਖਵੀਰ ਸਿੰਘ, ਤੇ ਕੀ ਹੋਇਆ ਕੀ ਉਹਦੇ ਨਾਲ? ਉਹਨਾਂ ਕੀ ਇਹ ਤੋਂ ਘਰੋਂ ਚੰਗੇ ਭਲੇ ਗਏ ਆ, ਕੋਈ ਉਦਾਂ ਦੀ ਗੱਲ ਨਹੀਂ ਹੈ,
ਕੋਈ ਬਾਤ ਨਹੀਂ ਆ। ਉਹ ਕਹਿੰਦੇ ਆ ਕਿ ਇਹਨਾਂ ਕੋਲੋਂ ਅਸਲਾ ਫੜੀਚਾ ਆ, ਸਮਾਨ ਫੜੀਚਾ ਆ, ਉੱਦਾਂ ਦੀ ਕੋਈ ਗੱਲ ਨਹੀਂ ਗੀ। ਇੱਥੋਂ ਘਰੋਂ ਸਕੈਨ ਦਾ ਕਹਿ ਕੇ ਗਏ ਆ, ਸਕੈਨ ਕਰਾਉਣ ਜਾਣੀ ਸੀਗੀ, ਗੱਡੀ ਲੈਣ ਗਏ ਸੀਗੇ। ਕਿਹੜੀ ਸਕੈਨ ਕਰਾਉਣੀ ਸੀ? ਮੇਰੀ ਸਕੈਨ ਕਰਾਉਣੀ ਸੀਗੀ। ਤੇ ਕੰਮ ਕੀ ਕਰਦਾ ਜੀ ਕੋਰਾ? ਅਨਮੋਲ ਵਹੁਟੀ ਨੂੰ ਲੈ ਕੇ ਜਾਣਾ ਸੀ ਇਹਨੂੰ ਮੋਲੇ ਨਾ। ਹਾਂਜੀ, ਗੱਡੀ ਲੈਣ ਗਿਆ ਤੇ ਉਹਨਾਂ ਨੇ ਫੜਿਆ ਗੱਡੀ ਵਾਲੇ ਨੇ, ਪੁਲਿਸ ਵਾਲੇ ਨੇ। ਇਹ ਪਤਾ ਕਿਹੜੀ ਗੱਡੀ ਲੈ ਗਏ ਸੀ ਇੱਥੋਂ? ਨਹੀਂ ਨਹੀਂ, ਉਹ ਗੱਡੀ ਨਹੀਂ ਲੈ ਗਈ, ਉਹ ਤਾਂ ਗੱਡੀ ਨਹੀਂ, ਸਾਨੂੰ ਤਾਂ ਪਤਾ ਨਹੀਂ ਕਿਹੜੀ ਲੈਣੀ। ਇੱਥੋਂ ਕਾਹਤੇ ਗਿਆ? ਇੱਥੋਂ ਮੋਟਰਸਾਈਕਲ ਗਿਆ। ਤੇ ਗੱਡੀ ਕਿੱਥੋਂ ਲੈਣ ਗਏ ਸੀਗੇ? ਗੱਡੀ ਜੀ ਇੱਥੋਂ ਸਾਨੂੰ ਮਿਲਦੀ ਨਹੀਂ ਪਈ ਸੀ ਤੇ ਉੱਥੋਂ ਲੈ ਕੇ ਗਏ ਸੀ। ਉਹਦੀ ਵਹੁਟੀ ਦੀ ਡਿਲੀਵਰੀ ਹੋਣ ਵਾਲੀ, ਟਾਈਮ ਉਹਨੂੰ ਆਹੀ ਸੀ ਜੀ, ਵਹੁਟੀ ਦੀ ਡਿਲੀਵਰੀ ਸੀ, ਉਹਨਾਂ ਨੇ ਸਕੈਨ ਕਰਾਉਣੀ ਸੀਗੀ ਜੀ। ਤੇ ਕਦੇ ਇਹੋ ਜਿਹੇ ਕੰਮ ਦੇ ਵਿੱਚ ਪਹਿਲਾਂ ਸੀ? ਨਾ ਨਾ ਨਾ, ਅਸੀਂ ਇਸ ਗੱਲ ਨੂੰ ਸਹੁੰ ਦਿਆਂਗੇ, ਇਸ ਗੱਲ ਨੂੰ ਵੀ ਜੇ ਵੀ ਇਹੋ ਜਿਹਾ ਕੰਮ ਨਸ਼ਾ ਕਰਦਾ ਵੀ ਹੋਵੇ। ਹਾਂ, ਸਾਨੂੰ ਇਨਸਾਫ ਚਾਹੀਦਾ ਬਸ। ਕਾਰਨ ਕੀ ਸਮਝਦੇ ਹੋ? ਜਿੱਦਾਂ ਤੁਸੀਂ ਕਹਿੰਦੇ ਵੀ ਗੱਡੀ ਲੈਣ ਗਿਆ ਸੀਗਾ, ਪੁਲਿਸ ਨੇ ਐਨਕਾਊਂਟਰ ਕਰਤਾ, ਪੁਲਿਸ ਕਹਿ ਰਹੀ ਹੈਗੀ ਹੈ ਵੀ ਇਹ ਨਸ਼ਾ ਤਸਕਰ ਸੀ, ਸਪਲਾਈ ਕਰਨ ਜਾ ਰਿਹਾ। ਜੇ ਉਹ ਨਸ਼ਾ ਸੀ, ਸਾਨੂੰ ਸਬੂਤ ਕਰਾਉਣ, ਸਬੂਤ ਕਰਾਉਣ, ਸਾਨੂੰ ਸਾਨੂੰ ਸਬੂਤ ਕਰਾਉਣ, ਅਸੀਂ ਮੰਨਾਂਗੇ। ਜੇ ਕੁਛ ਫੜਿਆ ਸਾਨੂੰ ਦੱਸਣ, ਅਸੀਂ ਤਾਂ ਬਸ ਇਹੀ ਚਾਹੁੰਦੇ ਵੀ ਬਸ ਉਹਨਾਂ ਨੂੰ। ਪਹਿਲਾਂ ਕਿਤੇ ਫੋਨ ਤੇ ਕੋਈ ਇਹੋ ਜਿਹੀਆਂ ਗੱਲਾਂ ਕਰਦਾ ਹੋਵੇ ਜਾਂ ਕੋਈ ਅਸਲਾ ਵਗੈਰਾ? ਨਾ ਨਾ ਨਾ, ਫੋਨ ਤਾਂ ਕਈ ਮੌਕੇ ਆਪਦਾ ਘਰੇ ਵੀ ਛੱਡ ਜਾਂਦਾ ਸੀ, ਫੋਨ ਰੱਖਦੇ ਬਹੁਤ ਘੱਟ ਸੀ ਆਪਦੇ ਕੋਲੇ। ਫੋਨ ਉਹ ਘਰੇ ਰਹਿੰਦਾ, ਸ਼ਟਰਿੰਗ ਦਾ ਕੰਮ ਕਰਦੇ।